नगरी बोले ही है ना ना कोई नहीं। बस खैर तो जबरी इन्हां दे पुली इसे घर नूं लगी हुई है। ये देखो जी ये पुली लगी हुई है, ये घर नूं मकान नूं टेड़ा देखो अंदर जाके देखो कमरा बिलकुल टैंड दे हुआ इन्हां दे। इन्हां गरीबां दी सुणदा कोई नहीं हैगा जी। ओ ग्याली बंदा बेचारा मेरी कोई सुणदा नहीं। ਇਹਨਾਂ ਗਰੀਬ ਬੰਦਿਆਂ ਦੀ ਸੁਣਦਾ ਕੋਈ ਨਹੀਂ ਜੀ। ਇਹਨਾਂ ਨੇ ਅੰਦਰ ਜਾ ਕੇ ਦੇਖੋ ਮਕਾਨ ਗਿਰਨ ਨੂੰ ਤਿਆਰ ਹੋਇਆ ਪਿਆ ਜੀ। ਹਾਂਜੀ ਆ ਜਾਓ ਜੀ, ਇਹ ਦੇਖੋ ਪੁਲੀ ਲੱਗੀ, ਇਹ ਪੁਲੀ ਦੀ ਮਾਰ ਮਕਾਨ ਨੂੰ ਹੋ ਰਹੀ ਹੈ ਜੀ। ਇਹਨਾਂ ਦੇ ਅੰਦਰ ਕਮਰੇ ਜਾ ਕੇ ਦੇਖੋ, ਕਮਰਾ ਗਿਰਨ ਨੂੰ ਤਿਆਰ ਹੋਇਆ ਪਿਆ ਇਹਨਾਂ ਦਾ। ਗਰੀਬ ਬੰਦਾ ਹੋ ਨਹੀਂ ਪਾ ਸਕਦਾ। ਸਾਨੂੰ ਤਾਂ ਤਲਾਹ ਦਿੰਦਾ ਹੀ ਕੋਈ ਨਹੀਂ। ਜਦੋਂ ਤੁਹਾਡੇ ਨਾਲ ਕੋਈ ਹੋਰ ਬੰਦੇ ਆਉਂਦੇ ਆ ਉਹ ਕਹਿ ਦਿੰਦੇ ਸਾਡੀ ਜ਼ਮੀਨ ਉਹਨਾਂ ਦੀ ਗੱਲ ਹੋਈ, ਉਹਨੂੰ ਜ਼ਮੀਨ ਦੇਖੋ ਇੱਥੇ ਰਹਿਣੀ ਆ ਤੁਹਾਡੀ ਆ ਉਹਨਾਂ ਦੀ ਕਿਹੜੀ ਆ ਜ਼ਮੀਨ। ਉਹ ਤਾਂ ਇਹ ਗੱਲ ਕਹਿ ਦਿੰਦੇ ਨਾ ਆਫਰ ਲੈਵਾਨਾ ਦਾ ਸਾਡੀ ਜ਼ਮੀਨ ਆ ਤੁਸੀਂ ਨਾਓ ਜ਼ਮੀਨ ਵਾਸਤੇ ਤੇਰਾ ਹੋਣਗੀਆਂ ਤਾਂ ਗੱਲ ਬਣ। ਉਹਨਾਂ ਦੀ ਗੱਲ ਹੋਣੀ ਮੈਂ ਉਹ ਤੁਸੀਂ ਨੂੰ ਆ ਰਿਹਾ ਜੀ। ਜੀ ਸਾਹਿਬ ਸੜਕ ਦੀ ਪਟਾਈ ਪਹਿਲਾਂ ਬਹੁਤ ਹੋਈ। ਚਲੋ ਜੀ, ਮੇਰਾ ਨਾਮ ਬਲਜਿੰਦਰ ਸਿੰਘ ਆ ਜੀ। ਇਹ ਪਿੰਡ ਸੁੰਦਰ ਸਿੰਘ ਵਾਲਾ ਹੈ ਇਹ ਜੀ। ਇੱਥੇ ਧੱਕੇ ਨਾਲ ਪੁਲੀ ਲਾ ਰਹੇ ਆ, ਪੁਲੀ ਕਾਗਜ਼ਾਂ 'ਚ ਹੈ ਨਹੀਂ ਗੀ ਅਤੇ ਇਹ ਮਹਿਕਮੇ ਵਾਲੇ ਜਿਹੜੇ ਮੰਡੀ ਬੋਰਡ ਵਾਲੇ ਆ ਜ਼ਬਰਦਸਤੀ ਕਰ ਰਹੇ ਇਹਨਾਂ ਦੇ ਨਾਲ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨਾਂ ਨਾਲ ਇਨਸਾਫ਼ ਹੋਣਾ ਚਾਹੀਦਾ, ਇਹਨਾਂ ਧੱਕਾ ਸ਼ਾਹੀ ਨਹੀਂ ਬਿਲਕੁਲ। ਸੁਲੱਖਣ ਸਿੰਘ ਦੇ ਨਾਂ ਜੀ। ਹਾਂਜੀ, ਇਹ ਦੋ ਬੇਟੇ ਇਹਦੇ, ਚਾਰ ਬੇਟੇ ਨੇ, ਦੋ ਬੇਟੇ ਇੱਥੇ ਜਗ੍ਹਾ 'ਤੇ ਆ, ਦੋ ਬੇਟਿਆਂ ਦੀ ਇੱਥੇ ਜਗ੍ਹਾ ਉਹਨਾਂ ਨੇ ਪਾਉਣੀ ਹੈ ਇੱਧਰ। ਅਤੇ ਇਸ ਕਰਕੇ ਸਾਡੀ ਅਸੀਂ ਰਿਕੁਐਸਟ ਵੀ ਕੀਤੀ ਬੰਦੇ ਬੁੰਦੇ ਇਕੱਠੇ ਕਰਕੇ, ਆ ਇਹਨਾਂ ਦੀ ਸੜਕ ਸਾਰੀ ਨੀਵੀਂ ਕਰਤੀ ਸੀ ਇਹਨਾਂ ਨੇ ਤੇ ਫਿਰ ਦੁਬਾਰੇ ਕਹਿ ਕੇ ਮਿੱਟੀ ਪਵਾਈ ਇੱਥੇ ਵੀ ਇਹਨੂੰ ਉੱਚੀ ਕਰੋ ਵੀ ਇੱਥੇ। ਮੰਡੀ ਬੋਰਡ ਦੇ ਅਧਿਕਾਰੀ ਆਏ ਸੀ ਥੋੜ੍ਹੀ ਉਹਨਾਂ ਗੱਲ ਹੋਈ? ਹਾਂ ਨਾ ਜੀ, ਸਾਡੇ ਨਾਲ ਨਹੀਂ ਗੱਲ ਹੋਈ, ਸਾਨੂੰ ਤਾਂ ਦੱਸਿਆ ਵੀ ਨਹੀਂ ਕਿਸੇ ਮੰਡੀ ਬੋਰਡ ਦੇ ਇਹਨਾਂ ਨੇ ਵੀ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ। ਹੁਣ ਕੀ ਰੌਲਾ ਕੀ ਇਹ? ਪੁਰਾਣੇ ਪਾਈਪ ਲੱਗੇ ਹੋਏ ਆ, ਪਾਈਪ ਵੀ ਬਦਲਦੇ ਸੀ ਆਪਾਂ, ਕੋਈ ਨਵੀਂ ਪੁੜੀ ਨਹੀਂ ਲੱਗ ਰਹੀ ਆਪਣੀ। ਅੱਛਾ, ਪਾਈਪ ਪੁਰਾਣੇ ਬਸ ਉਹ ਟੁੱਟੇ ਹੋਏ ਸੀ, ਉਹ ਚੇਂਜ ਹੀ ਕਰਨੇ ਆਪਾਂ। ਬਾਕੀ ਇਹਨਾਂ ਦਾ ਜੋ ਕੇਸ ਚੱਲਦਾ ਉਹ ਜੋ ਫੈਸਲਾ ਉਹ ਹਿਸਾਬ ਨਾਲ ਜੇ ਪੁੜੀ ਰੋਕ ਦੇਣਗੇ ਮਨਜ਼ੂਰ ਸੁਧਾ ਜਗ੍ਹਾ ਨਹੀਂ ਹੈ ਜਿੱਥੇ ਪੁੜੀ ਬਣਾ। ਮਨਜ਼ੂਰ ਸੁਧਾ ਤਾਂ ਪੁੜੀ ਜਿਹੜੇ ਪਾਈਪ ਲੱਗੇ ਹੋਏ ਪੁਰਾਣੇ ਉਹਨਾਂ ਦੀ ਥਾਂ 'ਤੇ ਪਾਈਪ ਬਦਲਦੇ ਸੀ, ਕੋਈ ਨਵੀਂ ਪੁੜੀ ਨਹੀਂ ਆਪਾਂ ਲਾ ਰਹੇ ਇਹਨਾਂ ਦਾ। ਸਰਕਾਰੀ ਨੇ ਜਾਂ ਕਿਵੇਂ ਨੇ ਜੀ? ਜੋ ਇਹਨਾਂ ਦਾ ਸਰਕਾਰੀ ਤੁਹਾਡੇ ਲੱਗੇ ਹੋਏ ਆ ਪਹਿਲਾਂ, ਜੋ ਪੰਚਾਇਤ ਜੋ ਵੀ ਲੱਗੇ ਹੋਏ ਸਰਕਾਰੀ ਹੈਗੇ ਨੇ ਜੀ। ਉਹ ਸਰਕਾਰੀ ਹੁਣ ਸਾਡੇ ਸੜਕ ਤਾਂ ਹੁਣ ਸਾਡੀ ਆਪਣੀ ਹੁਣ ਬਣ ਰਹੀ ਹੈ ਨਾ, ਪਹਿਲਾਂ ਤਾਂ ਤੁਹਾਡੇ ਪੰਚਾਇਤ ਵੈਸੇ ਮਨ ਮਰਜ਼ੀ ਦਾ ਬੰਦਾ ਲਗਾ ਕੇ ਰੱਖਦਾ, ਕੁਛ ਦੇਰ ਵਾਸਤੇ ਪੁਲੀ ਬਣਾ ਕੇ ਰੱਖਦਾ। ਉਹ ਆਪਾਂ ਨੂੰ ਨਹੀਂ ਪਤਾ ਪਹਿਲਾਂ ਸਰਕਾਰੀ ਬਣਾਇਆ ਜਾ ਰਿਹਾ, ਮਤਲਬ ਕਿ ਵੈਸੇ ਧੱਕਾ ਕਰ ਰਹੇ ਉਹਨਾਂ ਜੀ। ਪਹਿਲਾਂ ਤਾਂ ਆਪਣਾ ਕੋਈ ਇਹਨਾਂ ਦਾ, ਆਪਾਂ ਨੂੰ ਪਹਿਲਾਂ ਗੱਲ ਦਾ ਕੋਈ ਪਤਾ ਨਹੀਂ ਹੈਗਾ ਵੀ ਕੀ ਇਹਨਾਂ ਦਾ ਕੀ ਨਹੀਂ ਸੀ। ਪਹਿਲਾਂ ਇੱਟਾਂ ਵਾਲੀ ਸੜਕ ਸੀ ਇਹ, ਹੁਣ ਪਾਸ ਹੋਈ ਹੈ, ਪੀਸੀ ਬਣ ਰਹੀ ਹੈ। ਇਹ ਤਾਂ ਥੋੜ੍ਹੇ ਧਿਆਨ ਜਿਹੜੀ ਪੁਲੀ ਪਹਿਲਾਂ ਹੈ ਸੀ, ਹੈਗੀ ਹੈ ਪੈਪ ਪੁਲੀ ਹੈਗੇ ਕਾਗਜ਼ਾਂ ਪੁਲੀ ਹੈ ਕਾਗਜ਼ਾਂ 'ਚ ਨਹੀਂ ਹੁੰਦੀ ਜੀ ਮਹਾਰਾਜ, ਕਾਗਜ਼ਾਂ 'ਚ ਇੱਥੇ ਵਿੱਚ ਪੁਲੀ ਇਹ ਵੀ ਲਾਈ ਹੈ, ਬਦਲ ਕੇ ਉਹਨਾਂ ਨੇ ਇੱਥੇ ਨਹੀਂ ਲੱਗਾ ਜਿਹੜੇ ਪਿੱਛੇ ਤਿੰਨ ਪੁਲੀਆਂ ਛੱਡ ਗਏ ਕਹਿੰਦੇ ਉਹ ਪੁਲੀ ਨਹੀਂ ਨਾ ਕਿ ਕਹਦੇ ਪਿੱਛੇ ਲੱਗੀਆਂ ਹੋਈਆਂ ਪੁਲੀਆਂ ਸਾਰੀਆਂ। ਓਕੇ, ਪੰਜ ਪੁਲੀਆਂ ਪਿੱਛੇ ਲੱਗੀਆਂ ਪਿੱਛੇ ਪੁਲੀ ਬਣਾ ਦੇਣਾ ਜੀ। ਇਹ ਦੱਸੋ ਜੀ ਤੁਸੀਂ ਕਾਗਜ਼ਾਂ 'ਚ ਹੈਗੀਆਂ ਜਾਂ ਨਹੀਂ ਹੈਗੀ? ਜੇ ਤਾਂ ਸਰਕਾਰੀ ਤੌਰ ਤੇ ਕਾਗਜ਼ਾਂ 'ਤੇ ਪੁਲੀਆਂ ਸਰਕਾਰੀ, ਫਿਰ ਉਹੀ ਗੱਲ ਤੁਸੀਂ ਕਹੀ ਜਾਂਦੇ ਇੱਕ ਇੱਕ ਗੱਲ ਨੂੰ। ਅਸੀਂ ਇੱਥੇ ਪੁਲੀ ਜਿਹੜੀ ਲੱਗੀ ਹੋਈ ਸੀ ਪੁਰਾਣੀ, ਉਸੇ ਦੇ ਪੈਪ ਬਦਲਣ ਵਾਸਤੇ ਲੱਗਿਆ ਸੀ ਯਾਰ ਪੁਲੀ ਲੱਗੀ ਹੋਈ। ਜੋ ਵੀ ਸੀ ਆਰਜੀ ਸੀ ਜਿਵੇਂ ਸੀ ਉਹਨਾਂ ਪੁਲੀ ਬਦਲਣ ਵਾਸਤੇ ਲਾਈ ਸੀ, ਉਹ ਜੋ ਇਹਨਾਂ ਦਾ ਕੇਸ ਚੱਲ ਰਿਹਾ ਆਰਜੀ ਹੈ ਪਰ ਨਹੀਂ ਲੱਗੂਗੀ। ਜੋ ਇਹਨਾਂ ਦਾ ਕੇਸ ਫੈਸਲਾ ਹੋਊਗਾ ਬਾਅਦ 'ਚ, ਜਦੋਂ ਫੈਸਲਾ ਹੋਊ ਉਦੋਂ ਲਾ ਲਿਓ, ਉਦੋਂ ਲੱਗ ਜੂਗੀ। ਜੇ ਤਾਂ ਲੱਗਣ ਵਾਸਤੇ ਆ ਗਿਆ ਆਰਡਰ, ਲੱਗ
ਜੂਗੀ ਜੇ ਰੋਕਣ ਵਾਸਤੇ ਆ ਗਈ ਨਹੀਂ ਲਾਵਾਂਗੇ ਆਪਾਂ ਕਿ ਧੱਕਾ ਦੋੜ ਕਰਨਾ ਮੰਡੀ ਬੋਰਡ ਮੈਂ ਕਹਾਂ ਕਿਸੇ ਨਾਲ ਧੱਕਾ ਨਹੀਂ ਕਰਨਾ ਮੰਡੀ ਬੋਰਡ 'ਚ ਫੰਡ ਕੀ ਬੜੀ ਕਮੀ ਚੱਲ ਰਹੀ ਹੈ ਕਿ ਮੰਡੀ ਬੋਰਡ 'ਚ ਨਵਾਂ ਫੰਡ ਆ ਰਿਹਾ ਮਤਲਬ ਕਿ ਫੰਡਾਂ ਦਾ ਫੰਡਾਂ ਅਜੇ ਕੋਈ ਫੰਡ ਨਹੀਂ ਆਇਆ ਨਵਾਂ ਇਹ ਪੁਰਾਣੇ ਫੰਡ ਹੀ ਚੱਲ ਰਹੇ ਆ सड़क बंद है पिछो 3 किलोमीटर का है रस्ता 3 किलोमीटर पिछे भी निकासी है पानी की उत्थे पुलियां ला नहीं रहे सरकारी पुली लाई है इन्होंने हम भी जे असीं कहने तां लाई आ वैसे कहते पुली लग नहीं रही चलो असीं इह मंग करते हैं कि सानू इंसाफ मिले जो भी टोटल फैसला होगा तुम मंग करते ये भाजी जी जमीन है उनके पापा के नाम है इतने एक सरकारी पुली लगती है पिछे तो सड़क बनती आ रही है सरकारी पिछे सरकारी पुलियाँ इतने जी जमरी लाते हैं अगे पानी की निकासी है पिछे साडा घर है जो इतने पुली लाते तो साढ़े घर में पानी का नुकसान होता है इधर घर बने हुए पहला भी नुकसान होया हो असी हुण इत्थे असी चार भरावां साडी चारां दी वंड है असी दो घर रहिंदे हां दोवां ने असी इत्थे मकान बनाने असी बेनती भी कीती इहनां नूं महकमे नूं एक्शन साहब सी आया सी इहनां नूं बेनती कीती सी कि तुसीं इत्थे पुली ना लाओ क्योंकि साडी पुली दा नुकसान आ उत्थे भाजी पुलियां इह सरकारी नहीं लगियां हैगियां सरकारी पुलियां है उत्थे लाते नहीं हैगे इत्थे साडे नाल जबरदस्ती करदे ने असी इस दे बारे कोर्ट 'च भी पाया होया सी एप्लीकेशन पाई सी बेनती लाई हुई है असी साडा चलो कोई उधर कोई आया नहीं तारीख पैंदी है जिन्ना टाइम उधरों कोई फैसला नहीं आता इत्थे पुली नहीं ला सकते फिर भी उपर तो प्रैशर तो यह आके पुलियां लाते हैं जो धक्का हो रहा साडे नाल बिल्कुल धक्का हो रहा जी अभी चलो ये मंग करते हैं साडे नाल इंसाफ होवे असी कोर्ट 'च फैसला जो भी आऊगा उसके मुताबिक जो पुली लगती है तो ला लैन सानू मंडी बोर्ड वाली भाजी ये कहते हैं असं तो घर नहीं सके उस टाइम आते पिछले तो आते हैं जो अभी घर नहीं होंगे उस टाइम आते हैं डॉक्टर साहब आते हैं डी ओ साहब आते हैं जी साहब आते हैं लेके आते हैं उन्होंने बता के चले जाते हैं साझे करते ये जो इन्हों अफसर साहबान आते हैं जिड़े कोई बंदे पिंड के नाल आते वो अफसरों ये गल कहते हैं कि यह जमीन साड़ी है यानी कि साड़ी जमीन जो खादर साहब के नाँ पर जमीन आ इन्हों कह भी साड़ी जमीन आई पुली लाओ कोई गल नहीं कुछ नहीं कर सकते एक दिन एस डी ओ साहब भी आए थे उन्होंने यही गल कही थी कि जे अगर तुम नहीं ला दोगे असं उन्होंने ये बेनती की भाजी साडा जरा है ना कोर्ट से फैसला नहीं आया हजे कोई केस चलता उदन इन्होंने कहा रोड बना रहे रोड की रस्ता कितने जा रहे पिंड ये रस्ता भाजी सुंदर सिंह वाले तो चल के पिंड दवाण वाले तक जाता है ये अपने रस्ते घर आते हैं साडा घर है एक दो चलो अड़ोस पड़ोस के घर ने यह जाता है पानी की निकासी पिछे भी हो सकती है इधर रस्ता है देखो काफ़ी लंबा रास्ता तकरीबन जितों